ਹਾਂਜੀ ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ? ਆਈ ਹੋਪ ਤੁਸੀਂ ਸਾਰੇ ਕਾਇਮ ਹੋਵੋਗੇ। ਸਵਾਗਤ ਹੈ ਅੱਜ ਤੁਹਾਡਾ ਮੇਰੇ ਯੂਟਿਊਬ ਚੈਨਲ ਸਿੰਘ ਲਾਈਫ ਸਟਾਈਲ ਨਵੇਂ ਵਲੋਗ ਦੇ ਨਾਲ। ਅੱਜ ਆਪਾਂ ਤੁਹਾਨੂੰ ਲੈ ਕੇ ਚੱਲਦੇ ਹਾਂ ਸਿਆਟਲ ਸ਼ਹਿਰ, USA ਦਾ ਬਾਰਡਰ 'ਤੇ ਪੈਂਦਾ ਹੈ, ਸਰੀ ਦੇ ਵੈਨਕੂਵਰ ਦੇ ਬਾਰਡਰ 'ਤੇ, ਮਤਲਬ 3-4 ਘੰਟੇ ਦੀ ਡਰਾਈਵ 'ਤੇ ਆ ਸਿਆਟਲ ਸ਼ਹਿਰ। ਸੋ ਆਪਾਂ ਆਏ ਸੀਗੇ ਇੱਥੇ, ਪਹਿਲਾਂ ਰਾਤ ਕੈਂਪਿੰਗ ਵਗੈਰਾ ਕੀਤੀ, ਹੈ ਨਾ, ਪਹਿਲਾਂ ਕਿਤੇ ਹੋਰ ਘੁੰਮੇ ਹਾਂ, ਅਤੇ ਸਵੇਰੇ ਪੱਗਾਂ ਬੰਨੀਆਂ ਸਰਦਾਰਾਂ ਦੇ ਮੁੰਡੇ ਆ, ਹੈ ਨਾ। ਸੋ ਇੱਥੇ ਪਹਿਲਾਂ ਆਪਾਂ ਸ਼ਾਵਰ ਲਿਆ ਆ ਅੱਜ ਵੋਸ਼ ਐਂਡ ਡਰਾਈ 'ਤੇ, ਕੁਛ $15 ਦਾ, ਅਤੇ ਹੁਣ ਤਿਆਰ ਸ਼ਹਿਰ ਹੋ ਕੇ ਅਤੇ ਅੱਜ ਘੁੰਮਾਂਗੇ ਸਿਆਟਲ ਸ਼ਹਿਰ। ਸੋ ਚੱਲਦੇ ਹਾਂ ਸਿੱਧਾ, ਪਹਿਲਾਂ ਉੱਥੇ ਡਰਾਈਵ ਹੈਗੀ 1-2 ਘੰਟੇ ਦੀ, ਅਤੇ ਇੱਕ ਅੱਜ ਤੁਹਾਨੂੰ ਆਪਣਾ ਖਾਸ ਬੰਦੇ ਨਾਲ ਮਿਲਾਵਾਂਗੇ ਇੱਧਰ ਦੇ, ਅਤੇ ਸਿੱਧਾ ਪਹਿਲਾਂ ਉੱਧਰ ਚੱਲਦੇ ਹਾਂ ਅਤੇ ਉਹਨਾਂ ਨਾਲ ਤੁਹਾਨੂੰ ਮਿਲਾਉਂਦੇ ਹਾਂ। ਚਲੋ ਬਣੇ ਰਹੋ ਵਲੋਗ ਦੇ ਵਿੱਚ, ਸਿੱਧਾ ਚੱਲਦੇ ਹਾਂ ਜੀ। ਓਕੇ, ਸੋ ਆਪਾਂ ਆ ਗਏ ਹਾਂ ਜੀ, ਆਪਾਂ ਜਿਹੜੇ ਤੁਹਾਨੂੰ ਦੱਸਿਆ ਸੀ ਖਾਸ ਬੰਦੇ ਨੂੰ ਮਿਲਣ, ਬੇਬੇ ਪੁਸ਼ਪਾ ਨੂੰ ਮਿਲਣ। ਆ ਉਹਨਾਂ ਦਾ ਘਰ ਆ, ਭਾਈ ਕੰਮ ਕਰਦੇ ਪਏ, ਭਾਈ ਨੂੰ ਪੁੱਛ ਲਓ। ਮੈਨੂੰ ਲੱਗਦਾ ਇਹਨਾਂ ਦਾ ਕੰਮ ਹੋਊਗਾ। ਜਿਨ੍ਹਾਂ ਨੂੰ ਇਹਨਾਂ ਦੇ ਬਾਰੇ ਨਹੀਂ ਪਤਾ ਮੈਂ ਦੱਸ ਦਿੰਦਾ, ਇਹਨਾਂ ਦਾ ਨਾਮ ਹੈਗਾ ਆ ਪੁਸ਼ਪਾ ਰਾਣੀ ਜੀ, ਅਤੇ ਇਹ USA ਕੈਨੇਡਾ ਪੂਰੇ ਆਲ ਓਵਰ ਵਰਲਡ ਜਿਹੜਾ ਵੀ ਬੱਚਾ ਇਹਨਾਂ ਦੇ ਘਰ ਆਉਂਦਾ ਉਹਨਾਂ ਨੂੰ ਫ੍ਰੀ ਬਿਠਾ ਕੇ ਆਪਣੀ ਮਾਂ ਵਾਂਗੂ ਖਾਣਾ ਖਿਲਾਉਂਦੇ ਨੇ, ਪੂਰੇ ਪਿਆਰ ਦਿੰਦੇ ਨੇ। ਦੇਖੋ ਜੀ, ਸਤਿ ਸ਼੍ਰੀ ਅਕਾਲ ਜੀ। ਅੱਜ ਮੇਰੇ ਪੁੱਤ ਆਏ, ਦੇਖੋ ਮੇਰੇ ਹੀਰੇ, ਦੇਖੋ ਗੁਰੂ ਦੇ ਸਿੱਖ। ਆਹ ਨਿਸ਼ਾਨੀ ਹੁੰਦੀ ਆ ਜਿਹੜੇ ਬੱਚੇ ਹੁੰਦੇ ਨਾ, ਤੇ ਮਹਾਰਾਜੇ ਨੂੰ ਚੜ੍ਹਦੇ ਕਲਾ ਰੱਖੇ, ਕੈਨੇਡਾ ਤੋਂ ਆਏ ਆ। ਇਹਨਾਂ ਨੂੰ ਫੋਨ ਆਇਆ ਸੀ, ਕਹਿੰਦੇ ਅਸੀਂ ਮੱਪੇ ਪੇ ਤੇਰੇ ਮਿਲਣ ਆਉਣਾ, ਪੁੱਤ ਆ ਜਾਓ, ਛੋਲੇ ਭਟੂਰੇ ਬਣਦੇ ਪਏ ਆ। ਤੇ ਬਹੁਤ ਚੰਗਾ ਲੱਗਿਆ ਮੈਨੂੰ, ਬਹੁਤ ਜ਼ਿਆਦਾ ਚੰਗਾ ਲੱਗਿਆ। ਜਿਹੜੇ ਤੁਹਾਡੇ ਪੱਗਾਂ ਬੰਨੀਆਂ ਨਾ, ਮੇਰੇ ਕੋਲ ਕੋਈ ਲਫ਼ਜ਼ ਨਹੀਂ ਪੁੱਤ, ਇਹਨੂੰ ਇੱਦਾਂ ਰੱਖਿਓ, ਇਹ ਸ਼ਾਨ ਆ ਗੁਰੂ ਦੀ, ਇਹੀ ਰੱਖਿਓ ਤੇ ਗੁਰੂ ਦੇ ਨਾਲ ਲੜ ਲੱਗੀ ਰਹੀਓ, ਮਹਾਰਾਜ ਨੂੰ ਤਰਕਿਆ ਕਰ ਦੋ, ਚੜ੍ਹਦੀ ਕਲਾ ਚ ਰੱਖੇ ਪੁੱਤ ਤੁਹਾਨੂੰ ਮਹਾਰਾਜ। ਜਿੱਦਾਂ ਮੇਰੀ ਬੇਬੇ ਹੱਸਦੀ ਖੇਡਦੀ ਗੱਲਾਂ ਕਰਦੀ ਨਾ ਮੇਰੇ ਨਾਲ, ਮੈਨੂੰ ਕੋਈ ਫਰਕ ਨਹੀਂ ਲੱਗਦਾ ਬੇਬੇ ਨਾਲ ਬੈਠ ਕੇ ਗੱਲਾਂ ਕਰਕੇ। ਮੈਨੂੰ ਵੀ ਵੈਸੇ 4 ਸਾਲ ਹੋ ਗਏ ਮੈਂ ਇੰਡੀਆ ਗਿਆ ਨੀ, ਤੇ ਮੈਂ ਕਿਹਾ ਚਲੋ ਹੁਣ ਇੱਥੇ ਇੰਡੀਆ ਵਰਗੀ ਫੀਲ ਲੱਗ ਜਾਂਦੇ ਆ। ਤੁਹਾਡੀ ਮਾਂ ਵਾ, ਜਦੋਂ ਮਰਜ਼ੀ ਤੁਸੀਂ ਆ ਸਕਦੇ, ਜਦੋਂ ਮਰਜ਼ੀ ਆ। ਨਾਲੇ ਸਵਾਦ ਦਾ ਇੰਨਾ ਜ਼ਿਆਦਾ ਨਾ, ਬਹੁਤ ਸਵਾਦ ਧਰਦੀ ਆ ਹਰ ਇੱਕ ਜ਼ਿਆਦਾ ਜੀ ਨਾ, ਇੱਕ ਆ ਰਹੀ ਮਾਂ ਦਾ। ਸੋ ਇੱਧਰ ਆਏ ਹਾਂ ਜੀ ਆਪਾਂ ਬੇਬੇ ਪੁਸ਼ਪਾ ਜੀ ਦੇ ਕੋਲ, ਰੋਟੀ ਪਾਣੀ ਖਾਧੀ ਆ, ਹੈ ਨਾ। ਪੂਰੀ ਵੀਡੀਓ ਤੁਹਾਨੂੰ ਮੇਰੇ ਚੈਨਲ 'ਤੇ ਮਿਲੂਗੀ, ਹੈ ਨਾ, ਅਤੇ ਦੇਖਾਂਗੇ ਆਪਾਂ। ਆਹ ਦੇਖੋ ਚੁੱਲ੍ਹਾ ਵਗੈਰਾ ਲੱਗਾ ਆ, ਬੇਬੇ ਨਾਲ ਗੱਲਾਂ ਕੀਤੀਆਂ, ਰੋਟੀਆਂ ਖਾਧੀਆਂ ਨੇ, ਮਾਂ ਦੀ ਯਾਦ ਆਉਂਦੀ ਪੂਰੀ। ਬੇਬੇ ਨੂੰ ਮਿਲ ਕੇ ਬੜਾ ਚੰਗਾ ਲੱਗਿਆ ਯਾਰ। ਆਪਾਂ ਹੁਣੇ ਜਸਟ ਉੱਥੋਂ ਬਾਹਰ ਨਿਕਲੇ ਹਾਂ ਘਰ ਤੋਂ, ਅਤੇ ਆਪਾਂ ਵੀ ਤੁਹਾਨੂੰ ਡਿਟੇਲਸ ਦੇ ਦਾਂਗੇ। ਜੇ ਤੁਸੀਂ ਵੀ ਕੋਈ ਮੇਰੇ ਘਰ ਕੈਨੇਡਾ ਰਹਿੰਦਾ, ਬੇਬੇ ਨੂੰ ਮਿਲਣਾ ਚਾਹੁੰਦਾ, ਹੈ ਨਾ, ਮਾਂ ਦੀਆਂ ਹੱਥ ਦੀਆਂ ਰੋਟੀਆਂ ਖਾਣਾ ਚਾਹੁੰਦਾ, ਤੁਸੀਂ ਮਿਲ ਸਕਦੇ ਹੋ। ਸੋ ਹੁਣ ਆਪਾਂ ਚੱਲੇ ਹਾਂ ਵਾਪਸ ਸਿਆਟਲ ਸ਼ਹਿਰ ਨੂੰ, ਅਤੇ ਉੱਥੇ ਦਾ ਚੱਲੇ ਹਾਂ, ਅਤੇ ਉੱਧਰ ਵੀ ਤੁਹਾਨੂੰ ਘੁਮਾਉਂਦੇ ਹਾਂ ਸਿਆਟਲ ਦਾ ਸ਼ਹਿਰ ਡਾਊਨ ਟਾਊਨ। ਰਸਤੇ 'ਚ ਸੋਚਿਆ ਗੱਡੀ ਸਾਫ਼ ਕਰਾ ਲਈਏ, ਇੱਦਾਂ ਨਹੀਂ ਜਾਣਾ ਸਿਆਟਲ ਸ਼ਹਿਰ, ਗੱਡੀ ਸਾਫ਼ ਕਰਾ ਕੇ ਜਾਵਾਂਗੇ। ਹੁਣ ਅਸੀਂ ਚੱਲੇ ਹਾਂ ਸਿਆਟਲ ਸ਼ਹਿਰ ਦੇ ਡਾਊਨ ਟਾਊਨ ਦੇ ਵਿੱਚ, ਤੁਹਾਨੂੰ ਦਿਖਾਉਂਦੇ ਹਾਂ, ਬੜਾ ਵਧੀਆ ਲੱਗ ਰਿਹਾ ਯਾਰ ਇੱਥੋਂ ਤਾਂ। ਮਤਲਬ ਲਾਸਟ ਟਾਈਮ ਆਇਆ ਸੀਗਾ ਉਦੋਂ ਨਾਈਟ ਟਾਈਮ ਆਇਆ ਸੀ, ਹੁਣ ਦਿਨੇ ਦਾ ਹੋਰ ਹੀ ਐਂਬੀਅੰਸ ਆ।
ਸਕੂਟਰ ਇੱਦਾਂ ਹੀ ਘੁੰਮੀ ਜਾਂਦੇ ਦੇਖੋ। ਅਤੇ ਹੁਣ ਆਪਾਂ ਪਹਿਲਾਂ ਚੱਲੇ ਹਾਂ ਜਾਇੰਟ ਵੀਲ, ਹੈ ਨਾ, ਇਹਨਾਂ ਦਾ ਡਾਊਨ ਟਾਊਨ ਦੇਖਦੇ ਹਾਂ ਅਤੇ ਸਪੇਸ ਨੀਡਲ ਅਤੇ ਵਰਲਡ ਦਾ ਫਸਟ ਸਟਾਰਬਕਸ, ਠੀਕ ਆ ਨਾ, ਮੈਂ ਰਾਈਟ ਹੈ। ਹਾਂ, ਪਹਿਲਾ ਸਟਾਰਬਕ ਇੱਥੇ ਖੁੱਲ੍ਹਿਆ ਸੀਗਾ ਆਪਣਾ ਵਰਲਡ ਦਾ, ਉੱਧਰ ਉਹਨਾਂ ਦੀ ਪੂਰੀ ਫੈਕਟਰੀ ਆ, ਉਹਨਾਂ ਨੇ ਉੱਦਾਂ ਹੀ ਰੱਖਿਆ ਹੋਇਆ ਵਾ, ਤੁਹਾਨੂੰ ਉੱਧਰ ਜਾ ਕੇ ਸਾਰਾ ਦਿਖਾਉਂਦੇ ਹਾਂ ਕਿਵੇਂ ਸਾਰੀ ਫੈਕਟਰੀਜ਼ ਨੇ, ਉੱਦਾਂ ਹੀ ਮਸ਼ੀਨਰੀ ਆ ਬੜੀ ਜ਼ਿਆਦਾ ਵੱਡੀ ਆ, ਅਤੇ ਤੁਹਾਨੂੰ ਦਿਖਾਉਂਦੇ ਹਾਂ ਸਾਰਾ ਜਾ ਕੇ। ਅਤੇ ਜੇ ਟਾਈਮ ਲੱਗਾ ਤਾਂ ਆਪਾਂ ਇੱਕ ਗਮ ਵੋਲ ਹੈਗੀ ਆ, ਉਹ ਵੀ ਤੁਹਾਨੂੰ ਦਿਖਾਵਾਂਗੇ ਜ਼ਰੂਰ। ਕਿਵੇਂ ਲੱਗ ਰਿਹਾ, ਤੂੰ ਤਾਂ ਪਹਿਲੀ ਵਾਰੀ ਆਇਆ ਸੈਟਲ? ਘੈਂਟ, ਮੈਂ ਵੈਸੇ ਤਾਂ ਏਅਰਪੋਰਟ 'ਤੇ ਆਇਆ ਹੋਇਆ, ਬਟ ਸਹੀ ਆ, ਦੇਖਦੇ ਹਾਂ ਕਿੱਦਾਂ। ਅੱਗੇ ਪਹਿਲਾਂ ਗੱਡੀ ਦੇਖ। ਹਾਂਜੀ, ਆ ਗਏ ਆਪਾਂ ਜਾਇੰਟ ਵੀਲ, ਉਹ ਉੱਧਰ ਰਹਿ ਗਿਆ ਸਟੇਡੀਅਮ, ਇੱਧਰ ਰਹਿ ਗਏ ਸਕੂਟਰ, ਅਤੇ ਆਹ ਚੈੱਕ ਕਰੋ ਨਜ਼ਾਰੇ ਇੱਧਰ ਦੇ। ਹੁਣ ਆ ਕੀ ਹੋ ਜਾਂਦਾ ਉਹ ਢੋਡੀ ਨੂੰ, ਹੈ ਸਨੇਕ ਸੈਲਫੀਜ਼। ਓਏ ਪਲੀਜ਼ ਸ਼ੇਅਰ। ਆਹ ਦੇਖੋ, ਆਹ ਹੈਗਾ ਜਾਇੰਟ ਵੀਲ ਸਿਆਟਲ ਦਾ। ਆਹ ਦੇਖੋ ਸੱਪ ਸੁੱਪ ਹੈਗੇ ਆ ਓਏ, ਆ ਇਹਦੀ ਮੰਮੀ ਹੋਣੀ ਹੈ। ਕਿਆ ਬਾਤ ਹੈ ਯਾਰ, ਮਤਲਬ ਸਿਰਾ ਹੀ ਲਾਤਾ, ਮਾਰਕੀਟ ਬਹੁਤ ਘੈਂਟ ਆ। ਇੱਥੇ ਵੀ ਆਪਾਂ ਵੀ ਕਰਾਉਂਦੇ ਹਾਂ ਫੋਟੋ ਫੋਟੋ ਯਾਰ, ਮੇਰੀ ਬਣਾਏਗਾ ਇੱਕ, ਮੇਰੀ ਬਣਾਈ ਚੱਲ, ਇੱਦਾਂ ਮੈਂ ਜਾ ਕੇ ਆਉਂਦਾ। ਆਹ ਛੋਟੇ ਸੱਪ ਨੇ, ਉਹ ਵੱਡਾ ਸੱਪ ਆ ਉਹਦੀ ਮੰਮੀ, ਇਹ ਚ ਆਪਣਾ ਇੱਕ ਹੋਰ ਕੁਛ ਪਿਆ ਜਾਨਵਰ ਜਿਹਾ। ਤੇ ਉੱਧਰ ਜਾ ਕੇ ਦੇਖ ਕੇ ਆਉਂਦੇ ਹਾਂ ਕਿ ਗੇੜੀ ਮਾਰ ਕੇ ਆਉਂਦੇ ਹਾਂ। ਆਹ ਦੇਖੋ ਬੜੀ ਸੋਹਣੀ ਮਾਰਕੀਟ ਆ, ਪਹਿਲਾਂ ਵੀ ਆਏ ਹੋਏ ਹਾਂ, ਪਰ ਉਹ ਰਾਤ ਦਾ ਵਿਊ ਸੀਗਾ ਬੜਾ ਸੋਹਣਾ ਆਇਆ। ਹੁਣ ਇੱਥੇ ਗ੍ਰੈਨਵਲ ਆਈਲੈਂਡ ਵਰਗੇ ਆਪਣੇ ਵੈਨਕੂਵਰ, ਅਤੇ ਹੁਣ ਇੱਥੇ ਜਾਂਦੇ ਹਾਂ ਕੁਛ ਖਾਂਦੇ ਪੀਂਦੇ ਹਾਂ, ਹੈ ਨਾ, ਸਵੇਰ ਦੇ ਕੁਛ ਖਾਧਾ ਪੀਤਾ ਨੀਗਾ, ਅਤੇ ਇੱਥੇ ਇੱਕ ਦੇਖਦੇ ਹਾਂ ਕੋਈ ਵਧੀਆ ਜਿਹਾ ਕੈਫੇ ਕੂਫੇ ਫੜਦੇ ਹਾਂ ਅਤੇ ਚੱਲਦੇ ਹਾਂ। ਇੱਧਰ ਜਾ ਕੇ ਦੇਖ ਰਹੇ ਕੀ ਬੋਲਦੇ ਆ ਕੁਛ। ਜਦੋਂ ਲਾਸਟ ਟਾਈਮ ਐਸੀ ਆ ਉਦੋਂ ਰਾਤੀ ਬੰਦ ਹੋ ਗਿਆ, ਮਾਰਕੀਟ ਹੀ ਲੱਗਦੀ ਉੱਦਾਂ ਦੇ, ਬਟ ਦੇਖ ਰਹੇ ਕੁਛ ਅਟਰੈਕਸ਼ਨ ਦਿੱਤੀਆਂ ਹੋਈਆਂ ਨੇ। The crab food ice cream shop ਹੈਗੀ ਆ। ਆਹ ਕਾਹਦੀ ਆ, ਫਲਾਇੰਗ ਰਾਈਡ, ਆਹ ਕੁਛ ਹੋਰ ਹੀ ਚੀਜ਼ ਦੀ ਰਾਈਡ ਆ। ਅੰਦਰ ਜਾ ਕੇ ਆਹ ਵੀ ਦੇਖਦੇ ਹਾਂ ਯਾਰ ਕੀ ਬਣਦਾ ਇੱਥੇ। ਅਤੇ ਆਹ ਹੈਗਾ ਝੀਲ, ਸੁੰਦਰਤਾ ਕੀ ਛਾਪ ਛੋੜਤਾ ਹੁਆ ਸਿਆਟਲ ਕਾ ਇਹ ਜਾਇੰਟ ਵੀਲ, ਕਿਆ ਕਹਿਣਾ ਚਾਹੇਂਗੇ ਭਾਈ ਆਪ? ਉਹ ਦੇਖੋ ਉਹ ਫੈਰੀ ਆ, ਹੈ ਨਾ,
ਜਿਵੇਂ ਆਪਣੇ ਬੀਸੀ ਚੱਲਦੀਆਂ ਨੇ ਉਦੋਂ ਜਿਵੇਂ ਫੈਰੀਆਂ ਇੱਥੇ ਵੀ ਚੱਲਦੀਆਂ ਨੇ ਯਾਰ, ਲਾਈਨ ਲੱਗੀ ਹੋਈ ਆ, ਆਪਣੀ ਵਾਰੀ ਬਾਅਦ ਚ ਆਊਗੀ। ਹਲਕੀ ਹਲਕੀ ਬਾਰਿਸ਼ ਪੈਣੀ ਸ਼ੁਰੂ ਹੋ ਗਈ ਆ ਬੂੰਦਾਬਾਂਦੀ ਜੀ। ਉਹ ਜਰਸੀਆਂ ਤਾਂ ਨੀ ਦੇਖਣੀਆਂ ਜਿਹੜੀਆਂ ਉਹ ਲੇਕਰਸ ਵਾਲੀਆਂ ਹੁੰਦੀਆਂ ਨੇ ਬਾਸਕਟਬਾਲ ਦੀਆਂ? ਚਲੋ ਆਜੋ, ਤੁਹਾਨੂੰ ਮੜ ਜਾ ਮਾਰਕੀਟ ਦਿਖਾਉਂਦੇ ਆ ਮਾਰਕੀਟ ਦੇ ਗੇੜੇ। ਕੋਈ ਇੱਥੇ ਸੋਵੀਨੀਅਰ ਵਗੈਰਾ ਲੈ ਸਕਦੇ ਹਾਂ ਹਨਾ, ਆਪਣਾ ਸੈਟਲ 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 ਜਰਸੀਆਂ ਲੱਗੀਆਂ ਹੋਈਆਂ ਨੇ ਆਪਣੀਆਂ, ਕੋਈ ਉਹ ਵੀ ਚੀਜ਼ ਦੇਖ ਸਕਦੇ ਹਾਂ। ਯਾਰ ਗਾਣੇ ਦਾ ਕਾਪੀਰਾਈਟ ਪੈਣਾ, ਹੁਣ ਦੇਖਿਓ ਦੇਖ ਲਓ ਭਾਈ ਕੁਛ ਦੇਖਣਾ ਤੇ। ਸੋ ਗ੍ਰੇਟ ਵੀਲ ਆਫ ਸੈਟਲ ਘੁੰਮਣ ਤੋਂ ਬਾਅਦ ਉੱਥੇ ਮਾਰਕੀਟ 'ਚ ਥੋੜ੍ਹਾ ਬਹੁਤ ਘੁੰਮੇ ਫਿਰੇ ਹਾਂ, ਅਤੇ ਹੁਣ ਅਸੀਂ ਚੱਲੇ ਹਾਂ ਵਰਲਡ ਦੇ ਪਹਿਲੇ ਸਟਾਰਬਕਸ 'ਚ, ਜੋ ਕਿ ਇੱਥੇ USA 'ਚ ਸੈਟਲ ਸ਼ਹਿਰ ਦੇ ਵਿੱਚ ਖੁੱਲਿਆ ਸੀਗਾ। ਅਤੇ ਆਪਾਂ ਦਿਨ ਦੀਆਂ ਕਿੰਨੀਆਂ ਕੌਫੀ ਵਗੈਰਾ ਪੀਂਦੇ ਰਹਿੰਦੇ ਹਨਾ, ਭਾਵੇਂ ਚਾਹੇ ਟਿਮ ਹੋਵੇ ਚਾਹੇ ਸਟਾਰਬਕਸ ਹੋਵੇ। ਸੋ ਜਾ ਕੇ ਆਉਣਾ ਬਣਦਾ ਸੀਗਾ ਵੀ ਦੁਨੀਆ ਦਾ ਪਹਿਲਾ ਸਟਾਰਬਕ ਕਿੱਥੇ ਖੁੱਲਿਆ, ਕਿੰਨੇ ਖੁੱਲਿਆ, ਹਿਸਟਰੀ ਜਾਣੀਏ। ਅਤੇ ਮਾੜਾ ਮੋਟਾ ਸ਼ਹਿਰ ਘੁੰਮਣ ਤੋਂ ਬਾਅਦ ਹੁਣ ਚੱਲੇ ਹਾਂ ਅਸੀਂ ਆਪਣਾ ਸਟਾਰਬਕਸ ਦੇ ਵਿੱਚ। 1912 'ਚ ਖੁੱਲਿਆ ਸੀਗਾ ਇਹ ਸਟਾਰਬਕਸ ਸੈਟਲ ਸ਼ਹਿਰ 'ਚ, ਅਤੇ ਜਾ ਕੇ ਆਉਂਦੇ ਹਾਂ ਉੱਥੇ ਗਿੜੀ ਦਿੰਦੇ ਹਾਂ, ਕੌਫੀ ਪੀਂਦੇ ਹਾਂ, ਅਤੇ ਉਸ ਤੋਂ ਬਾਅਦ ਤੁਹਾਨੂੰ ਉੱਧਰ ਦੇ ਹੀ ਨਜ਼ਾਰੇ ਦਿਖਾਉਂਦੇ ਹਾਂ। ਓਕੇ, ਉੱਧਰ ਜੇ ਤੁਸੀਂ ਭੀੜ ਦੇਖ ਸਕਦੇ ਹੋ ਕਿੰਨੀ ਭੀੜ ਆ ਆ ਰਿਹਾ ਸਟਾਰਬਕਸ ਦੀ, ਤੁਸੀਂ ਲਾਈਨ ਦੇਖੋ ਕਿੰਨੀ ਆ। ਆਹ ਜਿਹੜਾ ਓਰਿਜਿਨਲ ਸਟਾਰਬਕਸ ਇੱਥੋਂ ਸਟਾਰਟ ਹੋਇਆ ਸੀ ਨਾ, ਲਾਈਨ ਚੈੱਕ ਕਰੋ ਇਹਦੀ। ਆਹ ਸੋਹਣੀਆਂ ਸੋਹਣੀਆਂ ਫੋਟੋਆਂ ਲੱਗੀਆਂ ਹੋਈਆਂ ਨੇ ਇੱਥੇ, ਕੋਈ ਵੇਚ ਰਿਹਾ ਨਾ, ਆਹ ਮਾਰਕੀਟ ਹੈ ਇੱਧਰ। ਬਟ ਯਾਰ ਲਾਈਨ ਚੈੱਕ ਕਰੋ, ਘੱਟੋ ਘੱਟ ਵੀ ਮੇਰੇ ਹਿਸਾਬ ਨਾਲ ਅੱਧਾ ਪੌਣਾ ਘੰਟਾ ਲਾਈਨ ਨਹੀਂ ਟੁੱਟੇਗੀ। ਚਲੋ ਜਾ ਕੇ ਲੱਗਦੇ ਹਾਂ ਲਾਈਨ 'ਚ ਹੈ ਨਾ, ਅਤੇ ਜਾਣਾ ਤਾਂ ਹੈਗਾ ਹੀ ਆ। ਲੱਗ ਗਏ ਆਪਾਂ ਵੀ ਲਾਈਨ 'ਚ ਯਾਰ, ਉਹ ਪਤਾ ਨਹੀਂ ਕਿੱਥੇ ਤੱਕ ਲਾਈਨ ਜਾਣੀ ਹੁਣ। ਸੋ ਆਹ ਖੁੱਲਿਆ ਸੀਗਾ ਜੀ 1912 'ਚ, ਅਤੇ ਕਰਦੇ ਕਰਾਉਂਦੇ ਸਾਡੀ ਵਾਰੀ ਆ ਗਈ ਹੈ ਲਾਈਨ 'ਚ, ਅਤੇ ਲਾਈਨ ਹੁਣ ਤੁਹਾਨੂੰ ਦਿਖਾਉਂਦਾ ਜਾ ਕੇ ਕਿੰਨਾ ਲਾਈਨ ਅਪ ਆ ਹੁਣ ਇੱਥੇ। ਮਤਲਬ ਇਹਨਾਂ ਨੇ ਇੱਕ ਇੰਪਲੋਈ ਤਾਂ ਬਾਹਰ ਮੇਨ ਗੇਟ 'ਤੇ ਰੱਖਿਆ ਹੋਇਆ ਵਾ ਇਹਨੂੰ, ਕਿ ਉਹ ਇੱਕ ਇੱਕ ਜਾਂ ਦੋ ਦੋ ਜਾਣੇ ਪੁੱਛਦੀ ਹੈ ਹਨਾ, ਫਿਰ ਵਾੜੀ ਜਾਂਦੀ ਹੈ ਅੰਦਰ। ਹੁਣ ਅੰਦਰ ਜਾ ਕੇ ਦੇਖਦੇ ਹਾਂ, ਤੁਹਾਨੂੰ ਮੈਨੂੰ ਵੀ ਦਿਖਾਉਂਦੇ ਹਾਂ ਅਤੇ ਆਪਣੀਆਂ ਕੌਫੀਆਂ ਵੀ ਦਿਖਾਉਂਦੇ ਹਾਂ। ਆਹ ਮਾਰਕੀਟ ਲਓ ਜੀ, ਆਪਣੀ ਆ ਗਈ ਵਾਰੀ, ਅਤੇ ਉਹਨੇ ਸਾਡਾ ਆ ਕੇ ਪਹਿਲਾਂ ਕੀਤਾ ਵੈਲਕਮ, ਅਤੇ ਉਹ ਉੱਧਰ ਲੱਗੇ ਹੋਏ ਨੇ ਜੇ ਤੁਸੀਂ ਦੇਖ ਸਕਦੇ ਹੋ, ਪੁਰਾਣੇ ਮਤਲਬ ਪੁਰਾਣੇ ਸਟਾਈਲ ਦੇ ਜਿਹੜੇ ਸਭ ਤੋਂ ਪਹਿਲਾਂ ਮੈਨਿਊ ਸੀਗੇ। ਲੈਫਟ ਸਾਈਡ 'ਤੇ ਲੱਗੇ ਹੋਏ ਸੀਗੇ ਸੋਵੀਨੀਅਰਸ, ਜੇ ਤੁਸੀਂ ਆਪਣੇ ਨਾਲ ਲੈ ਕੇ ਜਾਣਾ ਚਾਹੁੰਦੇ ਹੋ ਐਜ਼ ਅ ਮੈਮਰੀ ਇੱਥੋਂ ਦੀ। ਅਤੇ ਆਹ ਅੱਜ ਦਾ ਮੇਰੇ ਹਿਸਾਬ ਨਾਲ ਸਪੈਸ਼ਲ ਮੈਨਿਊ ਸੀਗਾ, ਅਤੇ ਆਹ ਇਹਨਾਂ ਦਾ ਆਈਕਨ ਫਸਟ ਸਟਾਰਬਕਸ ਸਟੋਰ, ਅਤੇ ਇੰਪਲੋਈਜ਼ ਵੀ ਅੱਛੇ ਨੇ, ਨਾਲ ਨਾਲ ਹਿਸਟਰੀ ਦੱਸਦੇ ਨੇ। ਆਪਣੀ ਡਰਿੰਕਸ ਆਪਾਂ ਕਰ ਲਈਆਂ ਨੇ, ਇੱਧਰ ਤਿਆਰ ਹੋ ਰਹੀਆਂ ਨੇ ਡਰਿੰਕਸ, ਹੁਣ ਲੱਗਾ ਹੋਇਆ ਮਹਿਕਮਾ ਸਾਰਾ। ਅਤੇ ਆਹ ਮੈਨਿਊ ਹੈ ਨਾ, ਤੁਸੀਂ ਇੱਧਰੋਂ ਵੀ ਕਰ ਸਕਦੇ ਹੋ, ਆਪਣੀ ਜਿਹੜੀ ਕਸਟਮਾਈਜ਼ ਕਰਾਉਣੀ ਉਹ ਵੀ ਕਰਾ ਸਕਦੇ ਹੋ। ਆਹ ਗੋਰੇਵੀਜ਼ ਨੇ ਮੇਰੀ ਡਰਿੰਕ ਤਿਆਰ ਕੀਤੀ, ਬੜੀ ਵਧੀਆ ਯਾਰ ਕੈਂਡ ਡਰਿੰਕ ਬਣਾਈ, ਮਤਲਬ ਮੈਂ ਆਪਣੀ ਕਸਟਮਾਈਜ਼ ਬਣਾਉਂਦਾ ਹੁੰਦਾ ਹਾਂ, ਅਤੇ ਗੋਰੇਵੀਜ਼ ਨੇ ਬੜੀ ਕੈਂਡ ਡਰਿੰਕ ਬਣਾ ਕੇ ਦਿੱਤੀ ਯਾਰ, ਮਤਲਬ ਬੜੀ ਟੇਸਟੀ ਸੀਗੀ, ਅਤੇ ਅੱਛੀ ਸਰਵਿਸ ਹੈ ਇਹਨਾਂ ਦੀ। ਆਈ ਮਸਟ ਰੇਟ ਹਿਮ ਲਾਈਕ 4.5 star। ਬਸ ਫਿਰ ਆਪਣੀ ਡਰਿੰਕ ਚੱਕੀ, ਅਤੇ ਉੱਧਰ ਚੀਗੂ ਭਾਅ ਜੀ ਸਟੋਰੀ ਪਾ ਰਹੇ ਸੀਗੇ ਆਪਣੀ ਸਨੈਪਚੈਟ 'ਤੇ, ਲੋਕਾਂ ਨੂੰ ਦੱਸ ਰਹੇ ਨੇ ਅਸੀਂ ਬਾਹਰ ਆਏ ਹਾਂ,
ਅਤੇ ਮੈਂ ਕਿਹਾ ਅਸੀਂ ਵੀ ਦਿਖਾ ਦਈਏ। ਅਤੇ ਬਸ ਫਿਰ ਉੱਥੋਂ ਦੀ ਆ ਸਰਬਜੋਤ ਸਿੰਘ ਜੀ ਨੇ ਆਪਣੀ ਪਿੰਕ ਸ਼ਰਟ ਦੇ ਨਾਲ ਮੈਚਿੰਗ ਪਿੰਕ ਸਟਾਰਬਕ ਡਰਿੰਕ ਕਰਾਈ ਹੋਈ ਹੈ। ਆਪਣੀ ਡਰਿੰਕਸ ਚੱਕਣ ਤੋਂ ਬਾਅਦ ਆਪਾਂ ਆ ਗਏ ਇਹਨਾਂ ਦੇ ਮੱਛੀ ਮਾਰਕੀਟ, ਮਤਲਬ ਇਹਨਾਂ ਦੇ ਜਿਹੜੇ ਸਟਾਰਬਕਸ ਦੇ ਸਾਹਮਣੇ ਜਿਹੜੀ ਮਾਰਕੀਟ ਲੱਗੀ ਹੋਈ ਸੀਗੀ, ਬੜੀ ਵਧੀਆ ਮਾਰਕੀਟ ਆ, ਮਤਲਬ ਰਸ਼ ਵੀ ਪੂਰਾ ਹੀ ਸੀਗਾ, ਫੂਡ ਮਾਰਕੀਟ ਕਹਿ ਸਕਦੇ ਹਾਂ, ਮਤਲਬ ਵਿੱਚ ਖਾਣਾ ਪੀਣਾ, ਫਿਸ਼, ਸੈਲਮਨ, ਸੀ ਫੂਡ ਅਤੇ ਆਪਣਾ ਜਵੈਲਰੀਜ਼ ਟਾਈਪ ਸਸਤੀਆਂ ਸਸਤੀਆਂ ਵਧੀਆ, ਜਿਵੇਂ ਆਪਣੇ ਇੰਡੀਆ ਮਾਰਕੀਟ ਹੁੰਦੀ ਹੈ ਉੱਦਾਂ ਹੀ ਸੀਗਾ। ਅਤੇ ਕਰੈਬਸ ਵਗੈਰਾ ਸੀਗੇ, ਲੋਬਸਟਰ ਸੀਗੇ, ਸਾਰੇ ਦੇਖ ਸਕਦੇ ਹੈ ਨਾ, ਅਜੀਬ ਜਿਹੀਆਂ ਚੀਜ਼ਾਂ ਨੇ, ਆਪਾਂ ਤਾਂ ਖਾਂਦੇ ਨਹੀਂ ਯਾਰ ਇਹੋ ਜਿਹੀ ਚੀਜ਼ਾਂ, ਆਪਾਂ ਤਾਂ ਪਰਹੇਜ਼ ਕਰੀਦਾ ਹੈ। ਅਸੀਂ ਤਾਂ ਮੈਂ ਕਿਹਾ ਮਾਰਕੀਟ ਐਵੇਂ ਕਾਹਨੂੰ ਘੁੰਮਦੇ ਪਏ ਸੀ, ਅਸੀਂ ਤਾਂ ਐਗਜ਼ਿਟ ਵਾਲਾ ਰਾਹ ਲੱਭਦੇ ਪਏ ਸੀਗੇ ਆਪਣੀ ਪਾਰਕਿੰਗ 'ਤੇ ਜਾਣ ਨੂੰ, ਅਤੇ ਅਸੀਂ ਉਹਦੇ ਵਿੱਚ ਹੀ ਬੁੰਦ ਲੱਗੇ ਕਿਉਂਕਿ ਇੱਧਰੋਂ ਲੰਘ ਉੱਧਰੋਂ ਲੰਘ ਰਸਤੇ ਹੀ ਬੜੇ ਸੀਗੇ ਇੱਧਰ ਦੇ। ਫਿਰ ਚੀਕੂ ਨੇ ਲੱਭਿਆ ਇੱਕ ਰਾਹ, ਕਹਿੰਦਾ ਜਾਂਦਾ ਥੱਲੇ ਨੂੰ, ਅਤੇ ਚਲੋ ਇੱਧਰੋਂ ਦੀ ਟਰਾਈ ਕਰਦੇ ਹਾਂ। ਸਿਆਟਲ ਸ਼ਹਿਰ ਦਾ ਡਾਊਨ ਟਾਊਨ ਦੇਖ ਲਓ ਵੀ। ਸੋ ਆਹ ਸੀਗਾ ਜੀ ਆਪਣਾ ਅੱਜ ਦਾ ਵਲੋਗ, ਤੁਹਾਨੂੰ ਘੁਮਾਇਆ ਸਿਆਟਲ ਸ਼ਹਿਰ, ਆਪਣਾ ਜਾਇੰਟ ਵੀਲ ਘੁਮਾਇਆ ਅਤੇ ਸਟਾਰਬਕਸ ਲੈ ਕੇ ਗਏ ਪਹਿਲੇ ਜਿੱਥੇ ਵਰਲਡ ਦੇ, ਅਤੇ ਡਾਊਨ ਟਾਊਨ 'ਚੋਂ ਹੁਣ ਆਪਾਂ ਲੰਘਣ ਡੇ ਹਾਂ। ਸੋ ਆਹ ਸੀਗਾ ਜੀ ਅੱਜ ਦਾ ਵਲੋਗ, ਆਈ ਹੋਪ ਤੁਹਾਨੂੰ ਚੰਗਾ ਲੱਗਿਆ ਹੋਊਗਾ। ਇਸ ਚੈਨਲ ਨੂੰ ਸਬਸਕ੍ਰਾਈਬ ਕਰੋ, ਦੱਸੋ ਕਮੈਂਟ ਕਮੁੰਟ ਕਰਕੇ ਕਿਵੇਂ ਦਾ ਲੱਗਾ, ਲਾਈਕ ਸ਼ੇਅਰ ਕਰੋ ਅਤੇ ਆਪਣੇ ਦੋਸਤਾਂ ਨੂੰ ਵੀ ਦਿਖਾਓ। ਆਪਾਂ ਇੱਦਾਂ ਹੀ ਘੁੰਮਦੇ ਫਿਰਦੇ ਰਹਾਂਗੇ, ਤੁਹਾਨੂੰ ਨਵੇਂ ਵਲੋਗ 'ਚ ਮਿਲਾਂਗੇ। ਉਦੋਂ ਤੱਕ ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ।